ਨਵਾਂ ਸ਼ਹਿਰ ਦੇ ਬਲਾਚੌਰ ਤੋਂ ਇੱਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਵੱਲੋਂ ਪਿਓ ਨਾਲ ਹੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਹਰ ਪਾਸੇ ਦੇ ਲੋਕ ਦੰਗ ਹੋਏ ਪਏ ਨੇ। ਦਰਅਸਲ ਬਲਾਚੌਰ ਦੇ ਵਾਰਡ ਨੰਬਰ 13 ਗਊਸ਼ਾਲਾ ਕੋਲੋਂ ਸਮੇਂ ਚੀਕ ਚਿਹਾੜਾ ਪੈ ਗਿਆ ਜਦੋਂ ਲੋਕ ਇਨਸਾਫ਼ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਤੇ ਇਲਜ਼ਾਮ ਲੱਗੇ ਕਿ ਉਸਨੇ ਧੱਕੇ ਨਾਲ ਆਪਣੇ ਪੁੱਤ ਅਤੇ ਪੋਤਰੇ ਨੂੰ ਜਾਨਵਰ ਦਾ ਸ਼ਿਕਾਰ ਕਰਨ ਲਈ ਉਕਸਾਇਆ ਅਤੇ ਜਦੋਂ ਉਸਦਾ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਜਸਪਾਲ ਨੇ ਸਾਰਿਆਂ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਜਸਪਾਲ ਸਿੰਘ ਦੀ ਪਤਨੀ ਨੇ ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਨੇ ਕਿ ਉਸਦਾ ਕਿਸੇ ਹੋਰ ਔਰਤ ਨਾਲ ਸੰਬੰਧ ਵੀ ਹੈ ਅਤੇ ਸਾਰੇ ਰੌਲੇ ਰੱਪੇ ਵਿੱਚ ਜਸਪਾਲ ਦੇ ਪੁੱਤਰ ਸੁਖਵਿੰਦਰ ਸਿੰਘ ਵੱਲੋਂ ਅਜਿਹਾ ਕਾਰਾ ਕਰ ਦਿੱਤਾ ਗਿਆ ਹੈ ਕਿ ਤੁਸੀਂ ਪਰਿਵਾਰ ਦੀ ਜ਼ੁਬਾਨੀ ਸੁਣ ਲਵੋ। ਝਗੜਾ ਦਾ ਬਣਿਆ ਸੀ, ਪਹਿਲਾਂ ਪੋਤੇ ਨਾਲ ਲੜਾਈ ਹੋਈ ਹੈ, ਇੱਕ ਤਾਂ ਸ਼ਿਕਾਰ ਸ਼ਿਕੂਰ ਨੂੰ ਗਏ ਤੇ ਪੋਤੇ ਨੂੰ ਕਹਿੰਦਾ ਫੋਨ ਕਰ ਵੀ ਸ਼ਿਕਾਰ ਸਬਜ਼ੀ ਵੇਚਣੀ ਹੈ। ਅੱਛਾ ਜੀ। ਪੋਤਰੇ ਨੇ ਫੋਨ ਨਹੀਂ ਕੀਤਾ, ਕਹਿੰਦਾ ਮੈਂ ਨਹੀਂ ਕਰ ਲੱਗਾ ਫੋਨ ਫਾਨ। ਪੋਤਰੇ ਉਹਨਾਂ ਨੇ ਕੁੱਟ ਮਾਰ ਕੀਤੀ, ਡਾਂਗਾ ਸੁੱਟੀ ਚੱਕੀਆਂ ਨੇ। ਪੋਤਰੇ ਨੂੰ ਕਹਿੰਦਾ ਮੈਂ ਨਹੀਂ ਕਰ ਲਾ, ਫਿਰ ਗਾਲਾਂ ਬੰਦੇ ਕੱਢ ਗਿਆ, ਸਿਰ ਚ ਇੱਟ ਮਾਰਨ ਲੱਗਾ, ਇੱਟ ਤੋਂ ਬਚਾਇਆ, ਫਿਰ ਕਹਿੰਦਾ ਮੈਨੂੰ ਗੋਲੀ ਮਾਰ ਕੇ ਮਾਰ ਦੇਣਾ। ਫਿਰ ਬੰਦੂਕ ਚੱਕੀਆਂ ਨੇ ਗੋਲੀ ਮਾਰਨ ਤੋਂ ਮੁੰਡਾ ਕੁੱਟ ਤੇ ਭੱਜ ਗਿਆ। ਫਿਰ ਇਹਨੇ ਪਿਓ ਆਪਣੇ ਦੱਸ ਪਿਓ ਨੂੰ ਗੱਲਾਂ ਦੱਸੀਆਂ, ਪਿਓ ਹੁਣ ਕਹਿੰਦਾ ਮੈਂ ਕੀ ਕਰਾਂ, ਮੈਂ ਕਿੱਦਾਂ ਕਰਾਂ। ਪਿਓ ਨੇ ਇਹਦੇ ਨੇ ਗੱਲ ਨਹੀਂ ਸੁਣੀ, ਮੁੰਡਾ ਰੋਇਆ ਪੋਤਰਾ। ਫਿਰ ਦੂਜੇ ਦਾ ਪਿਓ ਨੇ ਗੁੱਸਾ ਚੜ੍ਹ ਗਿਆ, ਆਪਣੇ ਪਿਓ ਨੂੰ ਗੋਲੀ ਮਾਰ ਦੀ ਪੋਤਰੇ ਦੇ ਪਿਓ ਨੇ। ਕਿੰਨੀ ਕੁ ਦੇਰ ਤੋਂ? ਬਹੁਤ ਦੇਰ ਤੇ ਲੱਗੇ ਪਏ ਸ਼ਿਕਾਰ ਕਰਨ। ਦੋ ਮੁਕੱਦਮੇ? ਹਾਂਜੀ, ਕਾਫੀ ਚਿਰ ਹੋ ਗਏ ਕਰਦੇ ਨੇ। ਲਗਭਗ ਕਿੰਨੇ ਸਾਲ? ਕਿੰਨਾ ਚਿਰ ਹੋ ਗਿਆ ਜੀ? ਚਮਕੌਰ ਸਾਹਿਬ ਪੈਂਦਾ ਜੀ, ਬੰਦੇ ਆ ਫੋਨ ਤੇ ਉਹ ਲੈ ਜਾਂਦੇ 10 ਕਿਲੋ ਅੱਠ ਕਿਲੋ ਮੈਨੂੰ ਜ਼ਬਰਦਸਤੀ ਲੈ ਕੇ ਜਾਂਦਾ ਰਿਹਾ, ਪਰ ਮਾਂ ਵੀ ਕਰਨੀ ਫਿਰ ਮੈਂ ਮੈਨੂੰ ਗਾਲਾਂ ਗਾਲਾਂ ਕੱਢਣੀ ਇੰਨੀ ਪੈਸਾ ਬੋਲਦਾ ਬੋਲਦਾ ਚੰਗਾ ਚੰਗਾ ਬੋਲਦਾ ਇਹ 12 ਫੁੱਟ ਨਾਲ ਹੀ ਹੈ ਯਾਰ। ਹੋਰ ਬਾਕੀ ਕਿਰਪਾਨਾ ਗੰਡਾਸੇ ਮਸਾ ਸ਼ਹੀਦ ਦਰ। ਅੱਛਾ, ਦੋ ਮੁਕਾਬਲੇ ਪਹਿਲਾਂ ਕਰਦੇ ਨੇ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਸਪਾਲ ਸਿੰਘ ਨਾਲ ਦੇ ਬੰਦੇ ਨੂੰ ਉਹਦੇ ਬੇਟੇ ਸੁਖਵਿੰਦਰ ਸਿੰਘ ਨੇ ਜਿਹੜੀ ਗੋਲੀ ਮਾਰੀ ਹੈ ਕੋਸ਼ਿਸ਼ ਕੀਤਾ ਉਹਦੀ ਲਾਇਸੈਂਸ ਦੇ ਨਾਲ ਹੀ ਦੇਣਾ। ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਘਰੇਲੂ ਝਗੜਾ ਕਰ ਲਿਆ ਸੀ, ਜੀ ਤੂੰ ਤੰਗ ਆ ਕੇ ਇਹ ਆਪਣੇ ਪੋਤੇ ਦੀ ਕੁੱਟਮਾਰ ਕਰ ਰਿਹਾ ਸੀ, ਫਿਰ ਇਹਦੇ ਬੇਟੇ ਸੁਖਵਿੰਦਰ ਨੇ ਇਹਦੀ ਲਾਇਸੈਂਸੀ ਰਾਈਫਲ ਦੇ ਨਾਲ ਇਹਦੇ ਗੋਲੀ ਮਾਰੀ ਜਿਹੜੀ ਜਵਾੜੇ ਦੇ ਸਟੇਬਲ ਹੈ ਜੀ। ਅੱਛਾ ਜੀ। ਹਸਪਤਾਲ ਤੋਂ ਰਾਈਫਲ ਚੀਜ਼ ਲੈ ਕੇ ਜਾ ਰਹੇ ਜੀ। ਅੱਛਾ, ਵੈਸੇ ਇਹਨਾਂ ਦੇ ਡਾਕਟਰਾਂ ਦੇ ਦੱਸਣ ਦਾ ਉਸ ਘਰੇਲੂ ਕਲੇਸ਼ ਜਦੋਂ ਹੱਦ ਤੋਂ ਵੱਧ ਵਧਣ ਲੱਗ ਜਾਣ ਤਾਂ ਅਜਿਹੀਆਂ ਮਨਭਾਗੀਆਂ ਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਅਤੇ ਜੇਕਰ ਅਜਿਹੇ ਕਲੇਸ਼ ਘਰੇ ਹੀ ਸੁਲਝ ਜਾਣ ਤਾਂ ਸਭ ਤੋਂ ਚੰਗੇ ਰਹਿੰਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਨਵਾਂ ਸ਼ਹਿਰ ਤੋਂ ਨਰਿੰਦਰ ਰੱਤੂ ਦੀ ਰਿਪੋਰਟ।